ਸ਼ਨੀਵਾਰ ਤੇ ਐਤਵਾਰ ਨੂੰ ਹੁਣ ਸ਼ਹਿਰ ਦੇ ਥਾਣੇ ਬੰਦ ਹੋ ਜਾਣਗੇ ਤੇ ਥਾਣੇ ਸਿਰਫ ਹੁਣ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੀ ਖੁੱਲਣਗੇ ਤੇ ਜੇਕਰ ਕਿਸੇ ਨੇ ਥਾਣੇ ਦਰਖਾਸਤ ਦੇਣੀ ਹੈ ਤਾਂ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਹੀ ਦੇ ਸਕਦੇ ਨੇ ਸ਼ਾਮ ਨੂੰ 5:01 ਤੋਂ ਬਾਅਦ ਪੰਜਾਬ ਪੁਲਿਸ ਘਰ ਚਲੀ ਜਾਵੇਗੀ ਤੇ ਸ਼ਾਮ ਨੂੰ 5 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਹੋਣ ਵਾਲੀਆਂ ਦੁਰਘਟਨਾਵਾਂ ਦੀ ਪੰਜਾਬ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਸੁਣਨ ਦੇ ਵਿੱਚ ਇਹ ਸਭ ਅਟਪਟਾ ਜ਼ਰੂਰ ਲੱਗ ਰਿਹਾ ਹੋਵੇਗਾ ਪਰ ਇਹ ਅਸੀਂ ਨਹੀਂ ਸੋਸ਼ਲ ਮੀਡੀਆ ਤੇ ਮਾਡਰਨ ਪੰਜਾਬ ਪੁਲਿਸ ਦੇ ਨਾਂ ਤੇ ਬਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਰਾਹੀਂ ਪੰਜਾਬ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਦੱਸ ਦਈਏ ਕਿ 13ਵੀਂ ਤਨਖਾਹ ਬੰਦ ਹੋਣ ਤੋਂ ਬਾਅਦ ਪੰਜਾਬ ਪੁਲਿਸ ਮੁਲਾਜ਼ਮਾਂ ਨੇ ਆਪਣੀਆਂ ਕੁਝ ਮੰਗਾਂ ਰੱਖੀਆਂ ਨੇ ਤੇ ਇਹ ਮੰਗਾਂ ਦੀ ਸੂਚੀ ਉਹਨਾਂ ਵੱਲੋਂ ਫੇਸਬੁੱਕ ਤੇ ਇੱਕ ਪੇਜ ਤੇ ਪੋਸਟ ਪਾ ਕੇ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਪੋਸਟ ਦੇ ਵਿੱਚ ਕੀ ਲਿਖਿਆ ਹੋਇਆ ਹੈ ਆਓ ਤੁਹਾਨੂੰ ਦੱਸ ਦਿੰਦੇ ਹਾਂ ਮੈਂ ਇੱਕ ਜ਼ਿੰਮੇਵਾਰ ਮੁਲਾਜ਼ਮ ਹਾਂ ਪੰਜਾਬ ਪੁਲਿਸ ਮੈਨੂੰ ਨਹੀਂ ਚਾਹੀਦੀ 13ਵੇਂ ਮਹੀਨੇ ਦੀ ਤਨਖਾਹ ਪਰ ਮੈਨੂੰ ਹੇਠ ਲਿਖੀਆਂ ਸਹੂਲਤਾਂ ਦਿੱਤੀਆਂ ਜਾਣ ਮੇਰੀ ਡਿਊਟੀ ਫਿਕਸ 9 ਵਜੇ ਸਵੇਰ ਤੋਂ ਸ਼ਾਮ 5 ਵਜੇ ਤੱਕ ਹੋਣੀ ਚਾਹੀਦੀ ਹੈ ਬਾਕੀ ਦਫ਼ਤਰਾਂ ਵਾਂਗ ਮੇਰੀ ਵੀ ਸ਼ਾਮ 5 ਵਜੇ ਤੋਂ ਸਵੇਰ 9 ਵਜੇ ਤੱਕ ਕੋਈ ਵੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਮੈਨੂੰ ਵੀ ਪੰਜਾਬ ਸਰਕਾਰ ਦੇ ਕੈਲੰਡਰ ਮੁਤਾਬਕ ਸਰਕਾਰੀ ਛੁੱਟੀਆਂ ਚਾਹੀਦੀਆਂ ਨੇ ਕੋਈ ਵੀ ਭੀੜ ਪੈਣ ਤੇ ਪੁਲਿਸ ਕਰਮਚਾਰੀ ਦੀ ਛੁੱਟੀ ਕਿਸੇ ਵੀ ਕਿਸਮ ਦੀ ਰੋਕੀ ਨਾ ਜਾ ਸਕੇ ਪੁਲਿਸ ਕਰਮਚਾਰੀ ਹਰ ਸੋਮਵਾਰ ਤੋਂ ਸ਼ੁੱਕਰਵਾਰ ਆਪਣੀ ਡਿਊਟੀ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਕਰੇਗਾ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਰਹੇਗੀ ਕੋਈ ਵੀ ਕਰਮਚਾਰੀ ਆਪਣੀ ਡਿਊਟੀ 5 ਵਜੇ ਸ਼ਾਮ ਤੋਂ ਬਾਅਦ ਨਹੀਂ ਕਰੇਗਾ ਪੁਲਿਸ ਕਰਮਚਾਰੀ ਨੂੰ ਕੋਈ ਵੀ ਅਧਿਕਾਰੀ ਪੁੱਛ ਗਿੱਛ ਨਹੀਂ ਕਰੇਗਾ ਇੱਥੋਂ ਤੱਕ ਕਿ ਭਾਵੇਂ ਉਹ ਜੱਜ ਹੀ ਹੋਵੇ ਸਮੇਂ ਵਿੱਚ ਕੀਤੀ ਗਲਤੀ ਦੇ ਹੱਕਦਾਰ ਜ਼ਰੂਰ ਹੋਣਗੇ ਸਿਰਫ 9 ਵਜੇ ਸਵੇਰੇ ਤੋਂ ਸ਼ਾਮ 5 ਵਜੇ ਦਰਮਿਆਨ ਜੇਕਰ ਕਿਸੇ ਵੀ ਵਿਅਕਤੀ ਚਾਹੇ ਉਹ VVIP ਹੋਵੇ ਉਸ ਨੂੰ ਗਨਮੈਨ ਚਾਹੀਦਾ ਹੈ ਤਾਂ ਉਸ ਵਿਅਕਤੀ ਨੂੰ ਸਿਰਫ 9 ਵਜੇ ਸਵੇਰ ਤੋਂ ਸ਼ਾਮ 5 ਵਜੇ ਤੱਕ ਹੀ ਗਨਮੈਨ ਰੱਖਣ ਦੀ ਇਜਾਜ਼ਤ ਹੋਵੇ ਤੇ ਸ਼ਾਮ 5:02 ਤੇ ਗਨਮੈਨ ਰੱਖਣ ਵਾਲੇ ਵਿਅਕਤੀ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਖੁਦ ਜ਼ਿੰਮੇਵਾਰ ਹੋਵੇਗਾ ਜਿਸ ਜਗ੍ਹਾ ਤੋਂ ਗਨਮੈਨ ਲਏ ਜਾਣ ਸੰਬੰਧਿਤ VVIP ਉਸ ਨੂੰ ਉਸ ਜਗ੍ਹਾ ਤੇ ਛੱਡਣ ਦਾ ਜ਼ਿੰਮੇਵਾਰ ਹੋਵੇਗਾ ਤਾਂ ਜੋ ਪੁਲਿਸ ਕਰਮਚਾਰੀ ਆਪਣੇ ਘਰ ਸਮੇਂ ਸਿਰ ਪਹੁੰਚ ਸਕੇ ਤੇ ਅਗਲੇ ਦਿਨ ਸਵੇਰ 9 ਵਜੇ ਆਪਣੀ ਡਿਊਟੀ ਪਰ ਹਾਜ਼ਰ ਹੋ ਸਕੇ ਥਾਣੇ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਕੰਮ ਕਰਨਗੇ ਆਪ ਲੋਕਾਂ ਨੂੰ ਸੁਝਾਅ ਹੈ ਕਿ ਉਹ ਲੜਾਈ ਝਗੜਾ ਲੁੱਟ ਖੋ ਕਤਲ ਜਾਂ ਕੋਈ ਹੋਰ ਗੈਰ ਕਾਨੂੰਨੀ ਕੰਮ ਸੰਬੰਧੀ ਦਰਖਾਸਤ ਥਾਣਾ ਸਮੇਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਲੈ ਕੇ ਆਉਣ ਅੰਤ ਵਿੱਚ ਇਹੀ ਬੇਨਤੀ ਹੈ ਕਿ ਪੁਲਿਸ ਕਰਮਚਾਰੀ 5 ਵਜੇ ਸ਼ਾਮ ਤੱਕ ਜੋ ਵੀ ਕੰਮ ਕਰ ਸਕਦਾ ਹੋਵੇ ਕਰੇ 5:01 ਤੋਂ ਬਾਅਦ ਕੰਮ ਬੰਦ ਕਰੇ ਬਾਕੀ ਕੰਮ ਅਗਲੇ ਦਿਨ ਤੇ ਛੱਡਿਆ ਜਾਵੇ ਬੇਨਤੀ ਕਰਤਾ 13ਵੀਂ ਤਨਖਾਹ ਪੰਜਾਬ ਪੁਲਿਸ ਆਪਣੀਆਂ ਇਹ ਮੰਗਾਂ ਰੱਖਣ ਤੋਂ ਬਾਅਦ ਪੰਜਾਬ ਪੁਲਿਸ ਹੁਣ ਫਿਰ ਸੋਸ਼ਲ ਮੀਡੀਆ ਤੇ ਮਜ਼ਾਕ ਦਾ ਪਾਤਰ ਬਣ ਰਹੀ ਹੈ ਬਿਊਰੋ ਰਿਪੋਰਟ ਬੰਗਲਾ TV